हाँ जी भैन जी आ गए हो। बिल्कुल बिल्कुल अच्छा हाजिर हाँ। ओके ते आज बनाना गजरेला। हाँ जी बिल्कुल बनाने गजरेला ना तू बनाएगी मैं अज पता कि उत्थे गए जो होम टेल मैं गजरेला खान लगी मेनू स्वाद लगा दे चम्मच बाद मैं क्या घर बनना है ते छड़ो परे घर जाके बना के खावांगे आराम नाल लो जी। हाँ तुसी इधर जलाओ अग ते आओ भाई अगे आओ हुण। पहला तो असी लिया ने गाजरां, गाजरां नूं छिल लिया धो लिया ते इनू असी एक अच्छे जे कद्दूकस नूं लैके, ये कद्दूकस जिहड़ा है ना बहुत अच्छा है, चाहे इधरों कर लो चाहे इधरों कर लो, इधरों मोटी हुंदी है इधरों थोड़ी जिही बरीक, असी कद्दूकस कर लिया ने गाजरां जिन्नियां कु सानूं चाहीदियां सीगियां। लो जी ये जिहड़ियां गाजरां ने ना बिट्टी, हाँ जी इन्हां नूं असी इहदे विच पा देना ਤੇ ਇਹ ਗਾਜਰਾਂ ਇਹ ਗਜਰੇਲੇ ਦਾ ਮੈਥਡ ਜਿਹੜਾ ਹੈ ਉਹ ਬਿਲਕੁਲ ਅੱਡ ਹੈ ਉਹਨਾਂ ਨਾਲੋਂ ਜਿਹੜਾ ਦੁੱਧ ਵਿੱਚ ਬਣਦਾ। ਹਾਂਜੀ ਹਾਂਜੀ ਹੈ ਨਾ, ਇਹ ਦੁੱਧ ਵਾਲਾ ਨਹੀਂ ਹੈ, ਕੁਝ ਵੀ ਨਹੀਂ ਪਾਇਆ ਹੈ ਨਾ, ਅਜੇ ਕੁਝ ਨਹੀਂ ਪਾਇਆ ਇਹਨਾਂ ਨੂੰ, ਇਕੱਲਾ ਇਹਨਾਂ ਨੂੰ ਗਰਮ ਹੋਣ ਦੇਣਾ, ਥੋੜ੍ਹੀ ਦੇਰ ਗਰਮ ਹੋ ਜਾਣ। ਇਹ ਗਜਰੇਲਾ ਜਿਹੜਾ ਹੈ ਨਾ ਜੀ ਇਹ ਬਹੁਤ ਸੌਖਾ ਬਣਦਾ। ਇਹ ਜੀ ਅਸੀਂ ਗਾਜਰਾਂ ਪਾਤੀਆਂ ਹਾਂ ਦੇਖੋ ਲਾਲ ਹੋ ਜਾਣਾ ਜਿਵੇਂ ਜਿਵੇਂ ਅਸੀਂ ਇਹਨੂੰ ਗਰਮ ਕੀਤਾ ਅਤੇ ਭੁੰਨਿਆ। ਇਹ ਦੇਖੋ ਲਾਲ ਹੋਣਾ ਸ਼ੁਰੂ ਹੋ ਗਿਆ ਨਾ, ਇੰਨੀਆਂ 3 ਕਿਲੋ ਗਾਜਰਾਂ ਨੇ, 3 ਕਿਲੋ ਗਾਜਰਾਂ ਨੂੰ ਅਸੀਂ ਕੱਦੂਕਸ ਕੀਤਾ। ਘਰ ਅਸੀਂ ਫੂਡ ਪ੍ਰੋਸੈਸਰ ਵਿੱਚ ਵੀ ਸਕਦੇ ਸੀਗੇ ਲੇਕਿਨ ਨਹੀਂ, ਅਸੀਂ ਅੱਜ ਇਹਦੇ ਵਿੱਚ ਮੈਨੂਅਲੀ ਕਰਕੇ ਬਣਾ ਰਹੇ ਹਾਂ। ਹੁਣ ਅਸੀਂ ਕੀ ਕਰਨਾ, 3 ਕਿਲੋ ਗਾਜਰਾਂ ਦੇ ਵਿੱਚ ਜੇਕਰ ਲੋਕ ਖਾਣ ਜਿਵੇਂ ਦਾ ਮਿੱਠਾ ਖਾਂਦੇ ਆ ਤਾਂ 1/2 ਕਿਲੋ ਆਰਾਮ ਨਾਲ ਪਾ ਲੈਂਦੇ, ਪਰ ਅਸੀਂ ਇੰਨਾ ਨਹੀਂ ਪਾਉਣਾ। ਮੈਂ ਤਾਂ ਮਸਾਂ ਪਾਈਆ ਹੀ ਪਾਵਾਂਗੀ ਅਤੇ ਪਾਈਆ 'ਚ ਵੀ ਬਹੁਤ ਵਧੀਆ ਬਣ ਜਾਂਦਾ ਕਿਉਂਕਿ ਸਾਡੇ ਘਰ ਸਾਰੇ ਮਿੱਠਾ ਘੱਟ ਖਾਂਦੇ ਨੇ। ਇਹ 1/2 ਕਿਲੋ ਹੈ, 1/2 ਮਿੱਠਾ ਪਾਵਾਂਗੀ ਇਹਦੇ ਵਿੱਚੋਂ। ਹੁਣ ਇਹਨੂੰ ਨਾ ਪਹਿਲਾਂ ਥੋੜ੍ਹਾ ਪਾਉਣਾ, ਥੋੜ੍ਹਾ ਪਾਉਣਾ ਔਰ ਇਹਨੂੰ ਤੁਸੀਂ ਹਿਲਾ ਕੇ ਅਤੇ ਇਹਨੇ ਪਾਣੀ ਛੱਡ ਦੇਣਾ, ਬਸ ਇਹਨੂੰ ਹੁਣ ਤੇਜ਼ ਅੱਗ 'ਤੇ ਪਿਆ ਰਹਿਣ ਦਿਉ, ਵਿੱਚੋਂ ਵਿੱਚ ਲਾਵਾਂਗੇ। ਇਹ ਗਜਰੇਲਾ ਮੈਨੂੰ ਸਿਖਾਇਆ ਮੇਰੇ ਇੱਕ ਆਂਟੀ ਬਹੁਤ ਪਿਆਰੇ ਜਿਹੜੇ ਮੇਰੇ ਨਾਲ ਵਾਲੇ ਘਰ 'ਚ ਰਹਿੰਦੇ ਸੀ, ਨਹੀਂ ਅਸੀਂ ਤਾਂ ਸਿਆਪਾ ਪਾ ਲੈਂਦੇ ਸੀ, 3 ਕਿਲੋ ਇਹਵੇ 5 ਕਿਲੋ ਦੁੱਧ ਲੈ ਲੈਣਾ, ਵਿੱਚ ਗਾਜਰਾਂ ਪਾ ਦੇਣੀਆਂ, ਜੋ ਰਿੰਨਣ ਲੱਗਣਾ ਜੋ ਰਿੰਨਣ ਲੱਗਣਾ, ਰਾਤ ਪੈ ਜਾਣੀ ਅਤੇ ਇਹਨੂੰ ਰਿੰਨਦੇ ਹੀ ਰਹਿਣਾ। ਪਰ ਆਂਟੀ ਜੀ ਨੇ ਜਦੋਂ ਮੇਰੇ ਸਾਹਮਣੇ ਗਜਰੇਲਾ ਬਣਾਇਆ ਮੈਂ ਤਾਂ ਬਾਗੋ ਬਾਗ ਹੋ ਗਈ। ਆਂਟੀ ਨੇ ਉਸ ਵੇਲੇ ਕੱਦੂਕਸ ਗਾਜਰਾਂ ਕੀਤੀਆਂ 2 ਕਿਲੋ ਅਤੇ ਉਹਦੇ ਵਿੱਚ ਕਹਿੰਦੇ ਲੈ ਕਿਪਤਾ ਆ ਜਾ ਬਣਾਈਏ ਆਪਾਂ। ਮੈਂ ਉਹਨਾਂ ਨਾਲ ਬਹੁਤ ਵਧੀਆ ਕੁਕਿੰਗ ਕਰਦੀ ਹੁੰਦੀ ਸੀ, ਉਹਨਾਂ ਨੇ ਇੱਦਾਂ ਕਰਕੇ ਜਦੋਂ ਮੈਂ ਦੇਖਿਆ ਵੀ ਇਹ ਇੰਨਾ, ਫਿਰ ਮੈਨੂੰ ਲੱਗਾ ਵੀ ਸਵਾਦ ਕਿੰਨਾ ਵੇ, ਮੈਂ ਤਾਂ ਉਸ ਤੋਂ ਬਾਅਦ ਇਹੀ ਗਜਰੇਲਾ ਬਣਾ ਲਿਆ। ਇਹ ਜੀ ਜਿਵੇਂ ਜਿਵੇਂ ਅਸੀਂ ਨਾ ਚੀਨੀ ਪਾ, ਚੀਨੀ ਇੱਕਦਮ ਨਹੀਂ ਜੇ ਪਾਣੀ, ਇਹ ਗੱਲ ਹੈਗੀ ਜੇ ਆਂਟੀ ਨੇ ਸਿਖਾਈ ਸੀ ਮੈਨੇ ਪਤਾ ਕੀ ਨਹੀਂ, ਅਤੇ ਚੀਨੀ ਨਾ ਆਪਾਂ ਹੌਲੇ ਹੌਲੇ ਪਾਣੀ ਹੈ ਅਤੇ ਇਹਨੇ ਹੌਲੇ ਹੌਲੇ ਪਾਣੀ ਛੱਡੀ ਜਾਣਾ, ਨਾਲ ਹੀ ਸੁੱਕੀ ਜਾਣਾ, ਨਾਲ ਹੀ ਇਹਨਾਂ ਨੇ ਪੱਕਦੇ ਜਾਣਾ। ਇੱਦਾਂ ਇਹ ਪ੍ਰੋਸੀਜਰ ਜਿਹੜਾ ਅਪ ਟੂ ਦੈਟ ਟਾਈਮ ਜਦ ਤੱਕ ਮੈਂ ਪਾਈਆ ਚੀਨੀ ਇਹਦੇ 'ਚ ਪਾ ਨਹੀਂ ਲੈਂਦੀ। ਹਾਂਜੀ ਹੋ ਰਿਹਾ ਗਜਰੇਲਾ? ਹਾਂਜੀ ਹਾਂਜੀ ਦਿਖਾ ਕੀ ਚੰਨ ਚੜ੍ਹਾਉਂਦੀ ਵੀ ਹੈ। ਦੇਖੋ ਇਹਦੇ 'ਚ ਪਾਣੀ ਛੱਡਤਾ ਹੁਣ, ਹਾਂਜੀ ਆਈ ਹੋਣਾ ਚਾਹੀਦਾ ਪਾਣੀ ਜਿਹੜਾ ਹੈ ਇਹ ਨਾਲੋ ਨਾਲ ਛੱਡੀ ਜਾਏਗਾ। ਇਹ ਨਾ ਕੱਦੂਕਸ ਕਰਨ ਲੱਗਿਆਂ ਵੈਸੇ ਅਜੇ ਵੀ ਉਹ ਗਾਜਰਾਂ ਨਹੀਂ ਜੇ ਆਈਆਂ ਜਿਹੜੀਆਂ ਅੰਦਰੋਂ ਲਾਲ ਹੁੰਦੀਆਂ ਨੇ, ਅਤੇ ਫਿਰ ਤਾਂ ਗਜਰੇਲਾ ਬਣਦਾ ਹੈ ਬਹੁਤ ਹੀ ਵਧੀਆ। ਅਜੇ ਵਿੱਚ ਕਿੱਲ ਵਾਲੀ ਆ ਰਹੀ, ਅਸੀਂ ਕੱਢੇ ਵੀ ਬਥੇਰੇ ਨੇ ਪਰ ਫਿਰ ਵੀ ਵਿੱਚ ਹੈਗੇ ਨੇ। ਅਤੇ ਬੁੱਢੀ ਮੈਨੂੰ ਇਹ ਦੱਸ ਵੀ ਮਾਂ ਕੀ ਕਰਦੀ ਸੀ ਜਿਹੜਾ 10 ਜਣਿਆਂ ਵਾਸਤੇ, ਫਿਰ ਤਾਂ 10 ਕਿਲੋ ਗਾਜਰਾਂ ਦਾ ਬਣਦਾ ਹੁਣ ਆਰਾਮ ਨਾਲ। ਮੈਨੂੰ ਤਾਂ ਟਾਈਮ ਯਾਦ ਹੈ ਜਦੋਂ ਇੰਨੀ ਜਿਹੜੀ ਕੜਾਹੀ ਹੈ ਇੰਨੀ ਤਾਂ ਆਲੂ ਮੇਥੀ ਦੀ ਬਣ ਜਾਂਦੀ ਸੀ, ਮੈਨੂੰ ਬੜੀ ਯਾਦ ਆਉਂਦੀ ਹੈ, ਭਰੀ ਕੜਾਹੀ ਹੁੰਦੀ ਸੀ, ਇੱਕ ਆਲੂ ਮੇਥੀ ਤੇ ਇੱਕ ਅੱਗੋਂ ਆਣਗੇ ਸ਼ਰਲਾ ਆਲੂ, ਉਹ ਤਾਂ ਕਿਆ ਬਾਤ ਸੀ ਸੱਚੀ ਮੁੱਚੇ। ਪਿਆ ਹੋਇਆ ਸੀ ਨਾ ਆਪਾਂ 1/2 ਯੂਜ਼ ਕਰਨਾ, 1/2 ਵੀ ਮੈਂ ਚੱਖ ਕੇ ਹੀ ਯੂਜ਼ ਕਰਨਾ ਵੀ ਕੀ ਇਹ ਮਿੱਠਾ ਜ਼ਿਆਦਾ ਤਾਂ ਨਹੀਂ ਹੈ, ਮੈਂ ਹੁਣੇ ਹੀ ਵੇਖ ਲੈਂਦੀ ਹਾਂ ਉਹਦੇ ਹਿਸਾਬ ਨਾਲ ਪਾਵਾਂਗੀ। ਅਜੇ ਹੋਰ ਪਏਗਾ
ਕੱਲਾ ਮੈਂ ਤੇ ਨਹੀਂ ਨਾ ਖਾਣਾ, ਮੈਂ ਤੇ ਖਾਣਾ ਵੀ ਨਹੀਂ ਹੈਗਾ, ਖਾਣਾ ਤਾਂ ਬਾਕੀਆਂ ਨੇ, ਮੈਂ ਕਿੱਥੇ ਚੀਨੀ ਵਾਲਾ ਖਾਣਾ। ਹਾਂ ਤੁਸੀਂ ਸ਼ੱਕਰ ਤੇ ਇਹ 2 ਚਮਚ ਮੈਂ ਪਾਇਆ ਹੋਰ, ਅਜੇ ਇੱਦਾਂ ਨਹੀਂ ਹੋਇਆ ਤੇ ਇਹਨੂੰ ਅਸੀਂ ਥੋੜਾ ਦੁਬਾਰਾ ਫਿਰ ਪਾਣੀ ਛੱਡੇਗਾ, ਫਿਰ ਇਹ ਲਾਲ ਹੋਏਗਾ, ਫਿਰ ਪਾਵਾਂਗੇ, ਫਿਰ ਭੁੰਨਾਂਗੇ। ਘਿਓ ਦਾ 1 ਚਮਚ, ਇਹ ਕਿੰਨਾ ਮੇਰੇ ਖਿਆਲ ਅੱਧਾ ਰਹਿ ਜਾਂਦਾ ਹੋਣਾ, ਮਤਲਬ ਗਾਜਰਾਂ ਜਿਹੜੀਆਂ। ਹਾਂ 3 ਕਿਲੋ ਦਾ, ਕਿਲੋ ਡੇਢ ਕਿਲੋ ਬਣੇਗਾ। ਹਾਂ 2 ਕਿਲੋ ਬਣ ਜਾਏਗਾ, ਚੀਨੀ ਵੀ ਪੈਣੀ, ਖੋਇਆ ਵੀ ਪੈਣਾ, ਬਣ ਜਾਏਗਾ। ਇਹ ਦੇਖੋ ਜੀ ਸਾਡੇ ਚੀਨੀ ਪਾਉਣ ਨਾਲ ਭਾਵੇਂ ਮੈਂ ਹੌਲੀ ਹੌਲੀ ਪਾਈ ਹੈ, ਫਿਰ ਵੀ ਇੰਨਾ ਪਾਣੀ ਜਿਹੜਾ ਹੈ ਨਾ ਇਹ ਛੱਡ ਗਿਆ। ਇਹ ਪਾਣੀ ਜਿਹੜਾ ਹੌਲੀ ਹੌਲੀ ਸੁੱਕੇਗਾ, ਨਾਲ ਨਾਲ ਹੀ ਅਸੀਂ ਪਰਤਾਈ ਜਾਵਾਂਗੇ। ਦੇਖੋ ਕਿਲੋ ਗਾਜਰਾਂ ਦਾ ਤਾਂ ਬਣ ਜਾਂਦਾ ਹੈ 20-25 ਮਿੰਟ ਵਿੱਚ, ਲੇਕਿਨ ਗਾਜਰਾਂ ਜ਼ਿਆਦਾ ਨੇ, ਸੇਕ ਜਿਹੜਾ ਉਨਾ ਕੁ ਹੀ ਹੈ, ਸਾਨੂੰ ਲੱਗੇਗਾ ਘੱਟੋ ਘੱਟ ਨਹੀਂ ਤਾਂ 30-40 ਮਿੰਟ। 40 ਮਿੰਟ ਲਓ ਜੀ, ਇੱਕ ਕੜਛੀ ਜਿਹੜੀ ਸਾਡੀ ਪੈਂਡਿੰਗ ਸੀ ਨਾ ਮਿੱਠੇ ਦੀ, ਉਹ ਅਸੀਂ ਫੇਰ ਪਾ ਦਿੱਤੀ ਹੈ। ਅਤੇ ਹੁਣ ਜਿੰਨਾ ਵੀ ਪਾਣੀ ਇਹਨੇ ਛੱਡਣਾ, ਇਸੇ ਚੀਨੀ ਨਾਲ ਛੱਡਣਾ, ਫਿਰ ਇਹਨੇ ਪਾਣੀ ਨੇ ਸੁੱਕ ਜਾਣਾ, ਫਿਰ ਅਸੀਂ ਕਰਨਾ ਅਗਲਾ ਪ੍ਰੋਸੀਜਰ। ਇਹ ਕਿੰਨੇ ਦਿਨ ਰਹਿ ਜਾਂਦਾ ਜੀ ਗਜਰੇਲਾ? 15 ਦਿਨ ਰਹਿ ਸਕਦਾ ਫ੍ਰਿਜ ਫ੍ਰਿਜ ਵਿੱਚ ਰੱਖ ਲਓ। ਜੀ ਜੀ ਬਿਲਕੁਲ ਬਿਲਕੁਲ। ਇਹ ਜੀ ਪਾਣੀ ਹੈ ਨਾ ਜਿਹੜਾ, ਇਹਦੇ ਵਿੱਚ ਇਲਾਇਚੀ ਪਾਊਡਰ ਦਾ 1/2 ਚਮਚਾ, ਕਿਉਂਕਿ ਇਹ ਜ਼ਿਆਦਾ ਹੈ ਨਾ ਸਾਡੇ ਕੋਲ, ਨਹੀਂ ਤਾਂ ਇਸ ਤੋਂ ਅੱਧੇ ਨਾਲ ਸਰ ਜਾਣਾ ਸੀ, 1/2 ਚਮਚਾ ਜਿਹੜਾ ਉਹ ਪਾ ਦਈਏ। ਇਹ ਪਾਣੀ 'ਚ ਪਾਓ ਤਾਂ ਕਿ ਸਾਰੇ ਗਜਰੇਲੇ ਦੇ ਵਿੱਚ ਮਿਕਸਿੰਗ ਜਿਹੜੀ ਹੈ ਵਧੀਆ ਹੋਵੇ, ਖੁਸ਼ਬੂ ਆਵੇ ਅਤੇ ਗਜਰੇਲਾ ਜਿਹੜਾ ਮਹਿਕਾ ਮਾਰੇ। ਹਿਲਾ ਦਿਆਂ ਜੀ? ਹਾਂਜੀ, ਇੱਕ ਵਾਰੀ ਨਾ ਤੂੰ ਇੱਕਦਮ ਮਿੱਠਾ ਚੈੱਕ ਕਰ ਲੈ। ਅੱਛਾ ਜੀ, ਠੀਕ ਹੈ ਨਾ, ਮੈਨੂੰ ਤਾਂ ਹਰ ਚੀਜ਼ ਜ਼ਿਆਦਾ ਹੀ ਮਿੱਠੀ ਲੱਗਦੀ ਹੈ। ਦੇਖੋ ਜ਼ਰਾ ਇਹਦੇ ਨਾਲ ਖਾ, ਚਮਚੇ ਨਾਲ ਐਡਾ ਗਰਮ ਪੱਕੇ ਮਾਰਦੀ ਫਿਰਦੀ ਹੈ। ਹਾਂ ਠੀਕ ਹੈ, ਥੋੜ੍ਹਾ ਜਿਹਾ ਖੋਇਆ ਪਏਗਾ ਹੈ ਨਾ। ਹਾਂ ਬਸ ਉਨੇ ਕੁ ਦਾ ਹੀ ਹੈ, ਬਿਲਕੁਲ ਠੀਕ ਹੈ, ਪਰਫੈਕਟ। ਲਓ ਜੀ ਹੁਣ ਦਿਖਾ ਦਈਏ। ਇਹ ਤਾਂ ਖੋਇਆ ਮੈਂ ਮੰਗਾਇਆ ਹੈ ਕਿਸੇ ਕੋਲੋਂ, ਕਢਾਇਆ ਹੈ ਅਤੇ ਬਹੁਤ ਵਧੀਆ ਖੋਇਆ ਹੈ, ਬਹੁਤ ਸੋਫਟ ਹੈ, ਦੇਖੋ ਕਿੱਦਾਂ ਦਾਣਾ ਦਾਣਾ ਹੈ। ਅਸੀਂ ਇਹ ਬਸ ਇਹ ਹੋ ਜਾਣਗੇ ਇਹਦੇ, ਇਹ 1/2 ਕਿਲੋ ਹੈ ਅਤੇ ਇਹਦੇ ਵਿੱਚ ਵੈਸੇ ਤਾਂ ਪਾਉਣ ਨੂੰ ਪਾਉਂਦੇ, ਕਿਲੋ ਪਾ ਲਓ ਜੋ ਮਰਜ਼ੀ ਕਰ ਲਓ, ਪਰ ਕਿੰਨਾ ਕੁ ਖਾਣਾ, ਇਸ ਕਰਕੇ ਅਸੀਂ ਇਹਦੇ ਵਿੱਚ ਪਾਵਾਂਗੇ 1/2 ਕਿਲੋ ਖੋਇਆ ਮਿਕਸ, ਠੀਕ ਹੈ। ਅਤੇ ਇਹ ਹੈਗੇ ਨੇ ਸਾਡੇ ਡਰਾਈ ਫਰੂਟ, ਮੈਂ ਦਿਖਾਉਂਦੀ ਹਾਂ। ਇਹਦੇ ਅਸੀਂ ਕੱਟਿਆ ਬਦਾਮ ਅਤੇ ਇਹ ਕੱਟਿਆ ਕਾਜੂ, ਕੱਟ ਜ਼ਰੂਰ ਲਏ ਨੇ ਇੰਨੇ, ਪਰ ਮੈਂ ਪਾਵਾਂਗੀ ਨਹੀਂ ਕਿਉਂਕਿ ਕਿਸੇ ਨੇ ਖਾਣਾ ਕਿਸੇ ਨੇ ਨਹੀਂ ਖਾਣਾ। ਡੱਬੀਆਂ 'ਚ ਇਹ ਹੈਗੀ ਸੌਗੀ, ਡੱਬੀਆਂ 'ਚ ਬੰਦ ਕਰਕੇ ਕੋਲ ਰੱਖ ਦਾਂਗੇ, ਜਿੰਨੇ ਪਾਉਣਾ ਪਾ ਕੇ ਖਾ ਲਓ, ਠੀਕ ਹੈ। ਨਹੀਂ ਤਾਂ ਕੋਈ ਕਹੇਗਾ ਇਸ ਵਿੱਚ ਇਹਦੇ ਵਿੱਚ ਬੀਜ ਪਾਏ ਹੋਏ, ਇਹ ਇਹਦੇ ਵਿੱਚ ਵੋ। ਸੋ ਤਰੀਕਾ ਇਵੇਂ ਵੀ ਦੇ ਦਿਓ, ਜਿੰਨੇ ਖਾਣਾ ਖਾ ਲਓ। ਗਾਜਰਾਂ ਨੇ ਅਤੇ ਰੜ ਗਈਆਂ ਨੇ ਬਹੁਤ ਸੋਹਣੀਆਂ, ਪਾਣੀ ਜਿੰਨਾ ਇਹਨਾਂ ਵਿੱਚ ਹੈਗਾ ਸੀ ਸੁੱਕ ਗਿਆ, ਦੇਖੋ ਹੈ ਨਹੀਂ ਪਾਣੀ, ਹੁਣ ਦੇਖ ਲਿਆ ਤੁਸੀਂ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੋਇਆ, ਖੋਇਆ ਜਿਹੜਾ ਹੈ ਨਾ ਇਹਨੂੰ ਵੀ ਅਸੀਂ ਨਾ ਇੱਕਦਮ ਇੱਕ ਥਾਂ 'ਤੇ ਨਹੀਂ ਪਾਉਣਾ, ਹਿਲਾਈ ਜਾਣਾ ਬਿੱਟੀ। ਜੀ ਜੀ ਜੀ, ਮੈਂ ਪਾਵਾਂਗੀ ਤੁਸੀਂ ਹਿਲਾਉਣਾ ਜੀ ਇਹਨੂੰ ਇੱਦਾਂ। ਜੇ ਆਪਾਂ ਕੋਲ ਖੋਇਆ ਨਾ ਹੋਵੇ, ਉਹਨੇ ਮੈਨੂੰ ਕੁਐਸਚਨ ਆ ਜਾਣਗੇ, ਜੇ ਖੋਇਆ ਨਾ ਹੋਵੇ ਤਾਂ ਘਰ 'ਚ ਮਲਾਈ ਹੋਵੇ, ਮਲਾਈ ਪਾ ਜੀ। ਜੇ ਦੋਨੋਂ ਚੀਜ਼ਾਂ ਨਾ ਹੋਣ ਤਾਂ ਫਿਰ ਇੱਕ ਪਾਸੇ ਦੁੱਧ ਗਾੜਾ ਕਰ ਲਓ, ਹਾਂਜੀ ਉਹਨੂੰ ਵਧੀਆ ਗਾੜਾ ਕਰਕੇ ਇਹਦੇ ਵਿੱਚ ਪਾ ਕੇ ਫਿਰ ਦੁੱਧ ਨੂੰ ਸੁਕਾਉਣਾ ਪਏਗਾ ਅਤੇ ਫਿਰ ਬਣੇਗਾ ਇਹ। ਇਹ ਮੈਂ 1/2 ਕਿਲੋ ਜਿਹੜਾ ਖੋਇਆ ਵੇ ਉਹ ਪਾ ਦਿੱਤਾ, ਦੇਖਦੇ ਹਾਂ ਕਿੰਨਾ ਕੁ ਵਧੀਆ ਬਣਦਾ ਇਹਦੇ ਨਾਲ। ਲਓ ਮੈਂ ਪਾ ਦਿੱਤਾ ਸੋਹਣਾ ਦੇਣਾ। ਲਓ ਜੀ ਅਸੀਂ ਹੁਣ ਇੰਨਾ ਕੁ ਮੈਂ ਤੁਹਾਨੂੰ ਸਜਾ ਕੇ ਦਿਖਾ ਦਿੰਦੀ ਹਾਂ ਅਤੇ ਇਹ ਤਿਆਰ ਹੋ ਗਿਆ। ਬਿੱਟੀ ਭਾਈ ਤੂੰ ਆਪਦੇ ਵਾਸਤੇ ਪਾ ਲਓ। ਹਾਂਜੀ ਮੈਂ ਪਾ ਰਹੀ ਹਾਂ, ਗਜਰੇਲਾ ਹੋ ਗਿਆ ਨਾ ਤਿਆਰ, ਹੁਣ ਤੁਹਾਨੂੰ ਦਿਖਾਉਂਦੀ ਹਾਂ ਵੀ ਸਰਵ ਕਿੱਦਾਂ ਕਰਨਾ। ਲਓ ਜੀ ਇਹ ਜਿਹੜੀਆਂ ਆ ਕੱਟੀ ਹੋਈਆਂ ਚੀਜ਼ਾਂ ਨਾ ਇਹਦੇ ਉੱਤੇ ਪਾਉਣੀਆਂ ਨੇ, ਉੱਤੇ ਪਾਉਣ ਦਾ ਮਤਲਬ ਇਹ ਹੁੰਦਾ ਇਹਨੂੰ ਰੋਸਟ ਕਰਕੇ ਵੀ ਪਾ ਸਕਦੇ, ਮੈਂ ਤਾਂ ਕੱਚਾ ਹੀ ਪਾ ਰਹੀ ਹਾਂ, ਲੇਕਿਨ ਇਹਦਾ ਮਤਲਬ ਇਹ ਹੁੰਦਾ ਵੀ ਜੇ ਕਿਸੇ ਨੇ ਨਹੀਂ ਖਾਣੀ ਨਾ ਮੰਨ ਲਓ ਤਾਂ ਇਹ, ਵੈਸੇ ਸੌਗੀ ਜਿਹੜੀ ਹੈ ਉਹ ਕਈ ਇਹਦੇ ਵਿੱਚ ਲਾਈਕ ਨਹੀਂ ਵੀ ਕਰਦੇ। ਅੱਛਾ ਨਹੀਂ ਖਾਣੀ ਨਾ ਤਾਂ ਉਹ ਕੀ ਕਰੇਗਾ, ਇਹਨੂੰ ਇੰਝ ਕਰੇਗਾ ਇਹਦੇ ਵਿੱਚੋਂ ਦੀ ਕੱਢ ਕੇ ਪਾ ਲਏਗਾ।
कोई मेरे वर्गा होएगा जिन्हों वधिया लगता है स्वाद लगता है ओ खा लेगा। लो जी फिर आपां हुण एक चम्मच टेस्ट करना तो बनता ही है ना, चाहे मैनू ना ही देन बाद विच मैं भी बनावांगी अपना अपने जिहड़ा मेरे डैडी खांदे हुंदे सी गाजर वाला ओ गाजर वाला नहीं शक्कर वाला गजरेला। वाह भी मिठा बहुत ज्यादा नहीं है, तुसी जे करोगे ना तुसी मिठा अपने स्वाद अनुसार पायो। जे असी बनाया बहुत वधिया बनिया, खोए नाल सब तो सौखा है बनाना। गाजर पा दी, फरमैश होई पूरी, अगो जो कुछ भी कहोगे कर देंगी। बहुत शुक्रिया, मेहरबानी।